ਐਂਬੂਲੈਂਸ 'ਚ ਡਾਕਟਰ ਲਗਾ ਰਿਹਾ ਸੀ ਟਾਂਕੇ ਤਾਂ ਮਰੀਜ਼ ਦੇ ਸਾਥੀਆਂ ਨੇ ਡਾਕਟਰ ਨਾਲ ਕੀਤੀ ਕੁੱਟਮਾਰ। ਦੱਸਦੇ ਕਿ ਐਮਰਜੈਂਸੀ ਦੇ ਵਿੱਚ ਜਦੋਂ ਡਾਕਟਰ ਇੱਕ ਮਰੀਜ਼ ਦਾ ਇਲਾਜ ਕਰ ਰਹੇ ਸੀ ਤਾਂ ਉਸਦੇ ਨਾਲ ਆਏ ਸਾਥੀਆਂ ਵੱਲੋਂ ਡਾਕਟਰ ਦੇ ਨਾਲ ਹੱਥੋਪਾਈ ਕੀਤੀ ਗਈ ਅਤੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਹ ਮੌਕੇ 'ਤੇ ਵੀਡੀਓ ਵੀ ਬਣਾਉਣ ਲੱਗ ਗਏ। ਜਦੋਂ ਉਹਨਾਂ ਨੂੰ ਅਜਿਹਾ ਕਰਨ ਤੋਂ ਸਟਾਫ ਵੱਲੋਂ ਰੋਕਿਆ ਗਿਆ ਤਾਂ ਉਹ ਮੌਕੇ 'ਤੇ ਬਹਿਸ ਵੀ ਕਰਨ ਲੱਗ ਗਏ ਅਤੇ ਹੁਣ ਇਸ ਸੰਬੰਧੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਹੁਣ ਹਸਪਤਾਲ ਦੇ ਸਟਾਫ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਵੱਲੋਂ ਇਸ ਸ਼ਿਕਾਇਤ 'ਤੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦਾ ਵਿਸ਼ਵਾਸ ਦਵਾਇਆ। ਦੱਸਦੇ ਕਿ ਮਾਮਲਾ ਹੁਸ਼ਿਆਰਪੁਰ ਦਾ, ਜਿੱਥੇ ਬੀਤੀ ਰਾਤ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਡਿਊਟੀ 'ਤੇ ਤੈਨਾਤ ਡਾਕਟਰ ਰਾਮਵੀਰ ਨਾਲ ਕੁਝ ਵਿਅਕਤੀ ਹੱਥੋਪਾਈ ਹੋ ਗਏ। ਇਸ ਹੰਗਾਮੇ ਵਿੱਚ ਡਾਕਟਰ ਦਾ ਫੋਨ ਵੀ ਟੁੱਟ ਗਿਆ। ਗੁੱਸੇ ਵਿੱਚ ਆ ਕੇ ਡਾਕਟਰਾਂ ਨੇ ਕਾਰਵਾਈ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਾਣਕਾਰੀ ਅਨੁਸਾਰ SMO ਡਾਕਟਰ ਸਵਾਤੀ ਨੇ ਦੱਸਿਆ ਕਿ ਬੀਤੀ ਰਾਤ ਹਾਦਸੇ 'ਚ ਜ਼ਖਮੀਆਂ ਨੂੰ ਐਮਰਜੈਂਸੀ 'ਚ ਇਲਾਜ ਲਈ ਲਿਆਂਦਾ ਗਿਆ ਸੀ ਅਤੇ ਇਲਾਜ ਦੌਰਾਨ ਜ਼ਖਮੀਆਂ ਦੇ ਨਾਲ ਆਏ ਕੁਝ ਲੋਕਾਂ ਨੇ ਡਾਕਟਰ ਰਾਮਵੀਰ 'ਤੇ ਸਹੀ ਢੰਗ ਨਾਲ ਇਲਾਜ ਨਾ ਕਰਨ ਦੇ ਦੋਸ਼ ਲਗਾਏ ਅਤੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੌਕੇ 'ਤੇ ਉਹ ਲੜਾਈ ਕਰਨ ਲੱਗ ਗਏ। ਜਦ ਮਰੀਜ਼ ਦਾ CT ਸਕੈਨ ਅਤੇ ਹੋਰ ਇਲਾਜ ਕਰਵਾਇਆ ਗਿਆ ਤਾਂ ਡਾਕਟਰ ਦੇ ਨਾਲ ਉਹ ਬਹਿਸ ਕਰਨ ਲੱਗ ਜਾਂਦੇ ਨੇ, ਜਿਸ ਤੋਂ ਬਾਅਦ ਉਸਦੀ ਕੁੱਟਮਾਰ ਕੀਤੀ ਗਈ। ਉਹਨਾਂ ਪੁਲਿਸ ਨੂੰ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਮੌਕੇ 'ਤੇ ਮੌਜੂਦ ਡਾਕਟਰਾਂ ਨੇ ਕਿਹਾ ਕਿ ਉਹ 24 ਘੰਟੇ ਜਨਤਾ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਅਤੇ ਅਜਿਹੀਆਂ ਘਟਨਾਵਾਂ ਨਾਲ ਡਾਕਟਰਾਂ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਰਾਤੀ 12 ਵਜੇ ਦੇ ਕਰੀਬ ਰੈਫਰਲ ਪੇਸ਼ੈਂਟ ਆਏ ਸੀਗੇ ਸਾਡੀ ਐਮਰਜੈਂਸੀ ਦੇ ਵਿੱਚ ਸਿਵਲ ਹੋਸਪਿਟਲ ਹੁਸ਼ਿਆਰਪੁਰ ਭੁੰਗੇ ਤੋਂ, ਰੋਡ ਸਾਈਡ ਐਕਸੀਡੈਂਟ ਵਾਲੇ। ਉਹਨਾਂ 'ਚ ਇੱਕ ਪੇਸ਼ੈਂਟ ਸੀਰੀਅਸ ਵੀ ਸੀਗਾ ਅਤੇ ਮੇਰੇ ਡਾਕਟਰ ਰਾਮਵੀਰ ਹੈਗੇ ਜਿਹੜੇ ਕਿ ਡਿਊਟੀ 'ਤੇ ਤੈਨਾਤ ਸੀਗੇ, ਉਹਨਾਂ ਨੇ ਪ੍ਰੋਪਰ ਉਹਨਾਂ ਦੀ ਟ੍ਰੀਟਮੈਂਟ ਕੀਤੀ, ਫਸਟ ਏਡ ਦਿੱਤੀ, ਈਵਨ ਸੂਚਰਸ ਲੱਗਣ ਵਾਲੇ ਸੀ, ਟਾਂਕੇ ਲੱਗਣ ਵਾਲੇ ਸੀ, ਟਾਂਕੇ ਵੀ ਲਗਾਏ, ਬਲੱਡ ਸੈਂਪਲ ਲੈ ਕੇ ਲੈਬੋਰਟਰੀ 'ਚ ਭੇਜਿਆ ਜਿੱਥੇ ਕਿ ਲੈਬੋਰਟਰੀ ਟੈਕਨੀਸ਼ੀਅਨ ਦੇਖਦਾ ਹੈਗਾ ਸੈਂਪਲ ਲੈਣਾ ਹੈ ਕਿ ਨਹੀਂ ਲੈਣਾ ਹੈਗਾ, ਕਿਸ ਵੇਲੇ ਉਹਨੂੰ ਪ੍ਰੋਸੈਸ ਕਰਨਾ ਹੈਗਾ, ਕਿੰਨੀ ਐਮਰਜੈਂਸੀ ਹੈ ਉਹ ਡਾਕਟਰ ਦੱਸ ਦਿੰਦਾ ਉਹਨਾਂ ਨੂੰ। ਪਰ ਉਹਨਾਂ ਦੇ ਨਾਲ ਇੱਕ ਹੋਰ ਉਹਨਾਂ ਦਾ ਅਟੈਂਡੈਂਟ ਆਇਆ ਹੋਇਆ ਸੀ ਜਿਹਨੇ ਭੋਲਾ ਜੀ ਦਾ ਨਾਮ ਦੱਸ ਰਹੇ ਡਾਕਟਰ ਸਾਹਿਬ ਕਿ ਜਿਹਨੇ ਕਿ ਬਹੁਤ ਜ਼ਿਆਦਾ ਉੱਥੇ ਸ਼ੋਰ ਮਚਾਇਆ ਔਰ ਵੀਡੀਓ ਬਣਾਉਣ ਲੱਗ ਪਿਆ, ਜਦਕਿ ਉਹਨਾਂ ਨੇ ਮਨਾ ਵੀ ਕੀਤਾ ਕਿ ਤੁਸੀਂ ਇੱਥੇ ਫੀਮੇਲ ਸਟਾਫ ਹੈ, ਉੱਥੇ ਸਟਾਫ ਨਰਸ ਖੜ੍ਹੀ ਹੈ, ਵੀਡੀਓਗ੍ਰਾਫੀ ਦੇ ਵਿੱਚ ਦੇਖਿਆ ਜਾ ਸਕਦਾ ਕਿ ਉਹਦੇ ਵੱਲ ਕੈਮਰੇ ਦਾ ਮੂੰਹ ਕਰਕੇ ਫੋਟੋ ਬਣਾਉਣ ਲੱਗ ਪਿਆ, ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਨੇ ਰੋਕਿਆ ਅਤੇ ਇਹਨਾਂ ਦੇ ਨਾਲ ਵੀ ਹਾਥਾਪਾਈ ਕੀਤੀ ਔਰ ਇਹਨਾਂ ਧੱਕਾ ਦਿੰਦੇ ਹੋਏ ਬਾਹਰ ਮੇਨ ਗੇਟ ਤੱਕ ਈਵਨ ਲੈ ਗਿਆ ਅਤੇ ਉਸ ਤੋਂ ਬਾਅਦ ਅਸੀਂ ਪੁਲਿਸ 'ਚ ਕੰਪਲੇਂਟ ਕੀਤੀ, ਪੁਲਿਸ ਵਾਲੇ ਆਏ ਸੀਗੇ ਅਤੇ ਉਹਨੂੰ ਲੈ ਗਏ ਅਤੇ ਹੁਣ ਅਸੀਂ ਡਿਸਾਈਡ ਕਰਦੇ ਹਾਂ ਆਪਣੇ ਹਾਇਰ ਅਥਾਰਟੀਜ਼ ਦੇ ਨਾਲ ਕਿ ਨੈਕਸਟ ਸਟੈਪ ਕੀ ਕਰਨਾ ਹੈਗਾ। ਜੀ ਡਾਕਟਰ ਸਾਹਿਬ, ਬਸ ਇਹੀ ਆਪਾਂ ਨੈਕਸਟ ਟਾਈਮ ਇਹ ਚੀਜ਼ ਦੁਬਾਰਾ ਰਿਪੀਟ ਨਾ ਹੋਵੇ, ਇਸ ਲਈ ਜੀ ਆਪਾਂ ਬਾਕੀ ਚੀਜ਼ ਆਪਣੇ ਹਾਇਰ ਅਥਾਰਟੀਜ਼ ਨਾਲ ਡਿਸਕਸ ਕਰਾਂਗੇ। ਪਰ ਲੱਗਦਾ ਨਹੀਂ ਕਈ ਵਾਰ ਡਾਕਟਰ ਸਾਹਿਬ ਆਪਣਾ ਪੂਰਾ ਕੰਮ ਉੱਥੇ ਇਮਾਨਦਾਰੀ ਨਾਲ ਕਰਦੇ ਨੇ, ਲੋਕੀ ਆ ਕੇ ਥੋੜਾ ਜਿਹਾ ਐਗਰੈਸਿਵ ਕਰਕੇ ਕੰਮ ਦੇ ਵਿੱਚ ਡਿਸਟਰਬੈਂਸ ਕਰਦੇ ਨੇ। ਮੋਟਿਵ ਇਹੀ ਸੀਗਾ ਕਿ ਡਾਕਟਰ ਹਮੇਸ਼ਾ, ਕੋਈ ਵੀ ਡਾਕਟਰ ਵਧੀਆ ਤਰੀਕੇ ਨਾਲ ਕੰਮ ਕਰਦਾ ਹੁੰਦਾ, ਉਹ ਆ ਕੇ ਜੱਜ ਕਰਨਾ ਡਾਕਟਰ ਕੰਮ ਸਹੀ ਕਰ ਰਿਹਾ ਕਿ ਨਹੀਂ, ਉਹ ਬਹੁਤ ਮਾੜੀ ਗੱਲ ਹੈ। ਇਹ 12:30-4 ਵਜੇ ਵੀ ਜਾਗਦੇ ਰਹੀਦੇ ਇਹਨਾਂ ਲਈ। ਸਾਢੇ 12:30-1 ਵਜੇ ਐਮਰਜੈਂਸੀ ਡਿਊਟੀ, ਬਾਕੀ ਆਪਾਂ ਸੀਨੀਅਰ ਬੰਦੇ ਜੋ ਕਹਿਣਗੇ ਉਸ ਹਿਸਾਬ ਕਰਾਂਗੇ। ਸਿਵਲ ਹੋਸਪਿਟਲ ਹੁਸ਼ਿਆਰਪੁਰ ਤੋਂ CMO ਸਾਹਿਬ ਅਤੇ ਹੋਰ ਡਾਕਟਰ ਸਾਹਿਬ ਡਾਕਟਰ ਸਾਹਿਬਾਨ ਜਿਹੜੇ ਹੈਗੇ ਆ, ਇੱਕ ਕੰਪਲੇਂਟ ਲੈ ਕੇ ਆਏ ਸੀਗੇ ਥਾਣਾ ਮਾਲ ਟਾਊਨ ਦੇ ਵਿੱਚ ਕਿ ਰਾਤੀ ਜਿਹੜੇ ਡਿਊਟੀ 'ਤੇ ਡਾਕਟਰ ਸਾਹਿਬ ਸੀਗੇ ਉਹਨਾਂ ਦੇ ਨਾਲ ਵਿਕਾਸ ਭੋਲਾ ਨਾਂ ਦਾ ਜਿਹੜਾ ਵਿਅਕਤੀ ਆ, ਬਸੀ ਖਵਾਜੂ ਦਾ ਰਹਿਣ ਵਾਲਾ ਆ, ਉਹਨੇ ਜਿਹੜਾ ਆ ਹੱਥੋਪਾਈ ਕੀਤੀ ਅਤੇ ਉਹਨਾਂ ਦਾ ਜਿਹੜਾ ਮੋਬਾਈਲ ਤੋੜ ਦਿੱਤਾ ਆ। ਅਸੀਂ ਵੈਰੀਫਾਈ ਕੀਤਾ ਆ ਸਾਰਾ, ਅਤੇ ਵਿਕਾਸ ਭੋਲਾ ਜਿਹੜਾ ਬਸੀ ਖਵਾਜੂ ਦਾ ਰਹਿਣ ਵਾਲਾ, ਇਹਦਾ ਰਿਲੇਟਿਵ ਸੀਗੇ ਕੋਈ, ਉਹ ਐਡਮਿਟ ਸੀਗੇ
ਅਤੇ ਇਹਨਾਂ ਦੀ ਜਿਹੜੀ ਹੈਗੀ ਆ ਉਹ ਟ੍ਰੀਟਮੈਂਟ ਨੂੰ ਲੈ ਕੇ ਥੋੜ੍ਹਾ ਜਿਹਾ ਇਹਨਾਂ ਦੀ ਆਪਾਂ ਨੂੰ ਜਿਹੜਾ ਬਹਿਸਬਾਜ਼ੀ ਹੋਈ ਆ ਅਤੇ ਉਹਨਾਂ ਨੇ ਜਿਹੜਾ ਡਾਕਟਰ ਸਾਹਿਬ 'ਤੇ ਹੱਥੋਂ ਪਾਈ ਕੀਤੀ ਹੈ ਅਤੇ ਉਹਨਾਂ ਦੀ ਜਿਹੜੀ ਸਰਕਾਰੀ ਡਿਊਟੀ ਕਰਦੇ ਹੋਏ ਜਿਹੜਾ ਹੈਗਾ ਡਿਊਟੀ ਦੇ ਵਿੱਚ ਵਿਘਨ ਪਾਇਆ ਆ ਅਤੇ ਉਹ ਅਸੀਂ ਡਾਕਟਰ ਸਾਹਿਬ ਦੀ ਸਟੇਟਮੈਂਟ ਲੈ ਲਈ ਹੋਈ ਆ ਅਤੇ ਮੁਕੱਦਮਾ ਦਰਜ ਕਰਕੇ ਜਿਹੜਾ ਹੈਗਾ ਉਹਨੂੰ ਅਰੈਸਟ ਕਰ ਲਵਾਂਗੇ ਜੀ।